ਬੀਤੇ ਦਿਨੀ ਭਾਈ ਨਿਰਮਲ ਸਿੰਘ ਜੀ ਦੀ ਹੋਈ ਮੌਤ ਤੋਂ ਬਾਅਦ ਸਿਹਤ ਸੇਵਾਵਾਂ ਉੱਤੇ ਵੱਡੇ ਸਵਾਲ ਉੱਠ ਰਹੇ ਨੇ ਤੇ ਨਾਲ ਹੀ ਭਾਈ ਸਾਹਿਬ ਦਾ ਸੰਸਕਾਰ ਹੋਣ ਵਿੱਚ ਰੁਕਾਵਟ ਪਾਉਣ ਵਾਲੇ ਵੇਰਕਾ ਪਿੰਡ ਦੇ ਕੌਂਸਲਰ ਵੀ ਬਹੁਤ ਚਰਚਾ ਵਿੱਚ ਰਹੇ, ਜਿਨ੍ਹਾਂ ਦਾ ਹਰ ਇਨਸਾਨ ਨੇ ਵਿਰੋਧ ਕੀਤਾ ਸੀ। ਇਸ ਸਭ ਦੇ ਚੱਲਦਿਆਂ ਡਾਕਟਰ ਅੰਬੇਦਕਰ ਕਰਮਚਾਰੀ ਮਹਾਂਸੰਘ ਪੰਜਾਬ ਵੱਲੋਂ ਭਾਈ ਨਿਰਮਲ ਸਿੰਘ ਦੇ ਸੰਸਕਾਰ ਵਿੱਚ ਰੁਕਾਵਟ ਪਾਉਣ ਵਾਲੇ ਕੌਂਸਲਰ ਅਤੇ ਇਲਾਜ ਵਿੱਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਉੱਤੇ ਪੰਜਾਬ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕਾਰਵਾਈ ਦੀ ਮੰਗ ਕਰਨ ਵਾਲੀ ਇਸ ਸੰਸਥਾ ਦੇ ਮੁਖੀ ਨੇ ਕਿਹਾ ਹੈ ਕਿ ਜੇ ਇਹ ਕਾਰਵਾਈ ਨਾ ਹੋਈ ਤਾਂ ਅਸੀਂ ਵੱਡੇ ਪੱਧਰ ਉੱਤੇ ਸੰਘਰਸ਼ ਕਰਾਂਗੇ। ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਵਸਣ ਵਾਲੇ ਸਮੁੱਚੇ ਪੰਜਾਬੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਡਾਕਟਰ ਜਤਿੰਦਰ ਸਿੰਘ ਮੱਟੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਬਹੁਤ ਹੀ ਦੁਖਦਾਈ ਪਲ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ। ਪਿਛਲੇ ਦਿਨੀ ਸਿੱਖ ਪੰਥ ਦੀ ਸਿਰਮੌਰ ਸ਼ਖਸੀਅਤ, ਜਿਨ੍ਹਾਂ ਨੇ ਤਾ ਉਮਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗਾਤਮਕ ਬਾਣੀ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਆਪਣੇ ਰਸ ਭਿੰਨੇ ਸੁਰੀਲੀ ਆਵਾਜ਼ ਦੇ ਨਾਲ ਪਹੁੰਚਾਇਆ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ, ਪਦਮ ਸ੍ਰੀ ਅਵਾਰਡੀ ਔਰ ਮਜ਼੍ਹਬੀ ਸਿੱਖ ਕੌਮ ਦੇ ਹੀਰੇ ਰੰਗਰੇਟੇ ਗੁਰੂ ਕੇ ਬੇਟੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੀ ਜਿਹੜੀ ਬੇਵਕਤੀ ਮੌਤ ਹੋਈ ਹੈ, ਉਹਨਾਂ ਦੀ ਮੌਤ ਨੇ, ਉਹਨਾਂ ਦੇ ਅਕਾਲ ਚਲਾਣੇ ਨੇ ਸਾਡੇ ਸਾਰਿਆਂ ਦੇ ਹਿਰਦਿਆਂ ਨੂੰ ਬਲੁੰਦਰ ਕੇ ਰੱਖ ਦਿੱਤਾ, ਕਿਉਂਕਿ ਭਾਈ ਸਾਹਿਬ ਦੀ ਮੌਤ ਤੋਂ ਬਾਅਦ ਉਹਨਾਂ ਦੀ ਆਪਣੇ ਪਰਿਵਾਰ ਨਾਲ ਗੱਲਬਾਤ ਕਰਦਿਆਂ ਦੀ ਵਾਇਰਲ ਹੋਈ ਜਿਹੜੀ ਆਡੀਓ ਹੈ ਸੋਸ਼ਲ ਮੀਡੀਆ ਤੇ, ਜਿਹੜੀ ਉਹਨਾਂ ਦੀ ਆਵਾਜ਼ ਦੇ ਵਿੱਚ ਕੁਰਲਾਹਟ ਹੈ, ਉਹਨਾਂ ਦੀ ਆਵਾਜ਼ ਦੇ ਵਿੱਚ ਦਰਦ ਹੈ, ਕਿਸ ਤਰ੍ਹਾਂ ਉਹਨਾਂ ਦਾ ਸਿਹਤ ਜਿਹੜਾ ਹੈਗਾ ਤੰਤਰ ਨੇ, ਉਹਨਾਂ ਸਿਹਤ ਤੰਤਰ ਦੀ ਪੋਲ ਉਹਨਾਂ ਨੇ ਖੋਲੀ ਹੈ ਕਿ ਉਸ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਉਹਨਾਂ ਨੂੰ 4 ਘੰਟਿਆਂ ਤੋਂ ਕੋਈ ਪੁੱਛਗਿੱਛ ਨਹੀਂ ਹੋ ਰਹੀ, ਉਹਨਾਂ ਦਾ ਇਲਾਜ ਨਹੀਂ ਹੋ ਰਿਹਾ, ਉਹ ਉਹਨਾਂ ਨੂੰ ਕਿਸੇ ਦੂਸਰੇ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾਵੇ। ਸੋ ਉਹਨਾਂ ਦੇ ਦਰਦ ਨੂੰ, ਕੁਰਲਾਹਟ ਨੂੰ ਕਿਸੇ ਨੇ ਨਹੀਂ ਸੁਣਿਆ, ਉਹਨਾਂ ਦੇ ਪਰਿਵਾਰ ਨੇ ਬਹੁਤ ਹੌਸਲਾ ਦਿੱਤਾ, ਲੇਕਿਨ ਇਹ ਸਿਹਤ ਜਿਹੜਾ ਸਿਹਤ ਤੰਤਰ ਸੀ ਸਾਡੇ ਪੰਜਾਬ ਦਾ, ਇਹਦੀ ਪੋਲ ਖੁੱਲ ਗਈ ਹੈ, ਇਹਦੀਆਂ ਲਾਪਰਵਾਹੀਆਂ ਸਾਹਮਣੇ ਆਈਆਂ ਨੇ। ਸੋ ਅਸੀਂ ਪੰਜਾਬ ਸਰਕਾਰ ਤੋਂ ਕੈਪਟਨ ਅਮਰਿੰਦਰ ਸਿੰਘ ਜੀ ਤੋਂ, ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੇ ਇਲਾਜ ਵਿੱਚ ਲਾਪਰਵਾਹੀ ਵਰਤਣ ਵਾਲੇ ਸਟਾਫ ਦੇ ਖਿਲਾਫ਼, ਡਾਕਟਰਾਂ ਦੇ ਖਿਲਾਫ਼, ਅਧਿਕਾਰੀਆਂ ਦੇ ਖਿਲਾਫ਼ ਇੱਕ ਉੱਚ ਪੱਧਰੀ ਜਾਂਚ ਕਰਕੇ ਔਰ ਸਮਾਬੱਧ ਜਾਂਚ ਕਰਕੇ ਔਰ ਜਿਹੜੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੇ ਕਿ ਉਹਨਾਂ ਦੀ ਮੌਤ ਲਈ ਕੌਣ ਜ਼ਿੰਮੇਦਾਰ ਹੈ, ਤਾਂ ਉਹਨਾਂ ਨੂੰ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ, ਕਾਨੂੰਨੀ ਸ਼ਿਕੰਜੇ 'ਚ ਲਿਆ ਜਾਵੇ, ਉਹਨਾਂ ਨੂੰ ਸਲਾਖਾਂ ਦੇ ਪਿੱਛੇ ਰੱਖਿਆ ਜਾਵੇ। ਦੂਜੀ ਗੱਲ ਮੈਂ ਕਰਨੀ ਚਾਹੁੰਦਾ ਕਿ ਭਾਈ ਸਾਹਿਬ ਦੀ ਮ੍ਰਿਤਕ ਦੇਹ ਨੂੰ ਜਿਹੜਾ ਅਪਮਾਨ ਕੀਤਾ ਗਿਆ, ਜਿਹੜਾ ਨਿਰਾਦਰ ਕੀਤਾ ਗਿਆ, ਉਸ ਵੇਰਕਾ ਦੇ ਵਜ਼ੀਰ ਖਾਨ ਦੀ, ਮੈਂ ਸਮਝਦਾ ਸੋਚ ਦੇ ਬੰਦੇ ਨੇ ਜਿਹੜੇ, ਉਹ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਜਿਹੜੇ ਲੋਕ ਨੇ, ਮਾਨਵਤਾ ਦਾ ਪੂਰੇ ਸੰਸਾਰ ਤੇ ਸਿਰ ਝੁਕਾਉਣ ਵਾਲੇ ਲੋਕ ਨੇ, ਨਵਤੇਜ ਹੁੰਦਲ ਔਰ ਦੂਸਰਾ ਹਰਪਾਲ ਸਿੰਘ, ਜਿਹਨੂੰ ਲੋਕ ਮਾਸਟਰ ਹਰਪਾਲ ਸਿੰਘ ਕਹਿ ਰਹੇ ਨੇ, ਸ਼ਰਮ ਆਉਂਦੀ ਹੈ ਐਸੇ ਮਾਸਟਰ ਕਹਿੰਦੇ ਨੂੰ, ਐਸੇ ਘਟੀਆ ਬੰਦੇ ਨੂੰ, ਕਿ ਜਿਹਨੇ ਐਡੀ ਵੱਡੀ, ਜਿਹਨੇ ਪਤਾ ਨੀ ਕਿੰਨੇ ਕੁ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਨੇ ਮੌਤਾਂ ਤੇ, ਅਕਾਲ ਚਲਾਣਿਆਂ ਤੇ ਗੁਰਬਾਣੀ ਦੇ ਕੀਰਤਨ ਕੀਤੇ, ਔਰ ਅੱਜ ਉਹਦੀ ਮਿੱਟੀ ਨੂੰ ਤੁਸੀਂ ਰੋਲਿਆ, ਸ਼ਮਸ਼ਾਨ ਘਾਟ ਨੂੰ ਜਿੰਦਰੇ ਤੱਕ ਲਾ ਦਿਓ, ਡੁੱਬ ਕੇ ਮਰ ਜਾਓ ਐਸੇ ਮਾਸਟਰ ਹਰਪਾਲ ਸਿੰਘ ਜੀ ਔਰ ਨਵਤੇਜ ਹੁੰਦਲ, ਤੁਸੀਂ ਪੂਰੀ ਸਿੱਖ ਕੌਮ ਦਾ, ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕਾਤਾ ਯਾਰ, ਪੂਰੇ ਸੰਸਾਰ ਤੇ ਤੁਸੀਂ ਆਪਣੀ ਘਟੀਆ ਸੋਚ ਦਾ ਸਬੂਤ ਦਿੱਤਾ। ਅਸੀਂ ਇੱਕ ਆਮ ਮਨੁੱਖ ਦੀ ਡੈਥ ਤੇ ਵੀ, ਮੌਤ ਤੇ ਵੀ ਅਸੀਂ ਕਿੰਨੇ ਸਨਮਾਨ ਨਾਲ ਹੱਥ ਜੋੜ ਕੇ ਖੜਦੇ ਹਾਂ। ਆਮ ਮਨੁੱਖ ਮਰੇ ਔਰ ਉਹ ਬੰਦਾ ਜਿਹਨੇ ਸਾਰੀ ਜ਼ਿੰਦਗੀ ਗੁਰਬਾਣੀ ਦੇ ਜਿਹੜਾ ਪ੍ਰਚਾਰ ਪ੍ਰਸਾਰ ਲਈ ਲਗਾਇਆ ਔਰ ਇੰਨੀ ਖੂਬਸੂਰਤ ਆਵਾਜ਼ ਔਰ ਸੰਗੀਤ ਦਾ ਧਰੂ ਤਾਰਾ ਸੀ, ਤੇ ਉਹਦੀ ਮਿੱਟੀ ਨੂੰ ਤੁਸੀਂ ਸ਼ਮਸ਼ਾਨ ਘਾਟਾਂ ਨੂੰ ਜਿੰਦਰੇ ਲਾ ਲਾ ਕੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਵਾਪਸ ਤੋਰ ਰਹੇ ਹੋ, ਡੁੱਬ ਕੇ ਮਰ ਜਾਓ। ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਇਹਨਾਂ ਦੋਨਾਂ ਘਟੀਆ ਬੰਦਿਆਂ ਦੇ ਖਿਲਾਫ਼ ਇਮੀਡੀਏਟਲੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਇਹ ਹਰਪਾਲ ਸਿੰਘ ਆਪਣੇ ਆਪ ਨੂੰ ਮਾਸਟਰ ਕਹਿ ਰਿਹਾ, ਇਹਨੂੰ ਫੌਰੀ ਤੌਰ ਤੇ ਇਹਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ।
ਔਰ ਜਿਹੜਾ ਇਹ ਨਵਤੇਜ ਹੁੰਦਲ ਹੈ ਇਹਦੇ ਖਿਲਾਫ ਪਾਰਟੀ ਆਪਣੇ ਪੱਧਰ ਤੇ ਵੀ ਕਾਰਵਾਈ ਕਰੇ ਔਰ ਇਹਨਾਂ ਨੂੰ ਜਿਹੜਾ ਕਾਨੂੰਨੀ ਜਿਹੜਾ ਹੈਗਾ ਜੋ ਇਹਨਾਂ ਨੇ ਭੀੜ ਨੂੰ ਭੜਕਾਇਆ ਜੋ ਇਹਨਾਂ ਨੇ ਉੱਥੇ ਮੌਕੇ ਤੇ ਲੋਕਾਂ ਨੂੰ ਇਕੱਠੇ ਕੀਤਾ ਕਰਫਿਊ ਤੋੜਿਆ ਔਰ ਲੋਕਾਂ ਨੂੰ ਭੜਕਾ ਕੇ ਸ਼ਮਸ਼ਾਨ ਘਾਟ ਨੂੰ ਜਿੰਦਰੇ ਲਾਏ ਨੇ ਸਰਕਾਰੀ ਕੰਮ ਚ ਵਿਘਨ ਪਾਇਆ ਉਹ ਸਾਰੀਆਂ ਧਰਾਵਾਂ ਇਹਨਾਂ ਦੇ ਉੱਤੇ ਲਾ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਕਰੋ ਸੋ ਮੇਰੀ ਪੰਜਾਬ ਸਰਕਾਰ ਤੋਂ ਇਹੀ ਮੰਗ ਹੈ ਔਰ ਇਹਨਾਂ ਤੇ ਜਿਹੜੇ ਦੋਨੋਂ ਬੰਦੇ ਨੇ ਘੱਟੋ ਘੱਟ ਐਸ ਸੀ ਐਸ ਟੀ ਐਕਟ ਦਾ ਪਰਚਾ ਜ਼ਰੂਰ ਕੀਤਾ ਜਾਵੇ ਸੋ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਮਸਲਾ ਬਹੁਤ ਗੰਭੀਰ ਹੈ ਇਹਨੂੰ ਗੰਭੀਰਤਾ ਨਾਲ ਲਓ ਔਰ ਇਹਦੀ ਸਮਾਂਬੱਧ ਜਾਂਚ ਕਰਕੇ ਸਾਰੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਸੁੱਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਮੂਲ ਨਿਵਾਸੀ ਜੈ ਮਾਨਵਰ ਕਾਂਸ਼ੀ ਰਾਮ।